ਕੀ ਕਹਿਣਾ ਤੁਸੀਂ ਭਲਾ? ਡੈਡੀ ਜੀ ਮੇਰਾ ਜੀ ਨੀ ਲੱਗਣਾ, ਮੈਂ ਵੀ ਨਾਲ ਹੀ ਜਾਣਾ, ਮੈਂ ਵੀ ਜਾਣਾ ਆ, ਮੈਂ ਵੀ ਜਾਣਾ ਆ, ਤੇ ਰੋਣ ਲੱਗ ਜਾ ਰੱਖ ਲੋ ਰੱਖ ਲੋ ਏਦਾਂ ਹੀ ਦਾਦੀਆਂ ਟੋਪੇ ਚਲੋ ਚਲੋ ਇਸ਼ਾਰਾ ਕਰ ਹੁਣ ਚੜੀ ਕਰਾੜੀ ਠੀਕ ਆ, ਪਰ ਇਹਨੂੰ ਕਹਿਣਾ ਵੀ ਤੁਹਾਨੂੰ ਰੈਡੀ ਮਾਇਕਾ ਕਹਿੰਦੇ ਕੁੱਕਣੀ ਚੜੀ ਕਰਾੜੀ ਵਨ ਟੂ ਥ੍ਰੀ ਠੀਕ ਆ ਗੱਲ ਜਾਣਾ ਠੀਕ ਆ ਡੈਡੀ ਜੀ ਮੈਂ ਵੀ ਜਾਣਾ ਜੀ ਪਰ ਹਾਸਲਾ ਭਰਾਵਾ ਚਲੋ ਛਿੱਕੂ ਤੇਰਾ ਹਾਸਾ ਤੇ ਬੰਦ ਨੀ ਹੋਣ ਡਿਆ ਚੱਲ ਗੱਲ ਮੱਛਰ ਵੜ ਗਈ ਚੱਲ ਚੱਲ ਰੈਡੀ ਵਨ ਟੂ ਥ੍ਰੀ ਚੱਲ ਠੀਕ ਆ ਠੀਕ ਆ ਚੱਲ ਜਾ ਇੱਕ ਮਿੰਟ ਬਸ ਲੱਗਾ ਸੀ ਚਲੋ ਰੈਡੀ ਮੁੰਡਾ ਲੈ ਲੈ ਪਰੇ ਰੈਡੀ ਹੁਣ ਇੱਕੋ ਮਿੰਟ ਆ ਗਈ ਬਸ ਇੱਕੋ ਮਿੰਟ ਅਭੀ ਟੁਕੋ ਮੁੰਡਾ ਲੈ ਆਪਣੀ ਧੀ ਦਾ ਚੂੜਾ ਸੋਹਣਾ ਵਾ ਨਾ ਇਹੀਓ ਮੇਰੇ ਕੰਮ ਆਉਣਾ ਤੇ ਇਹੀਓ ਇਹਦੇ ਕੰਮ ਆਉਣਾ ਬੜਾ ਜੀ ਕਰਦੇ ਸੀ ਖੁਸ਼ ਖਾਣ ਨੂੰ, ਮੈਂ ਕਿਹਾ ਚੱਲ ਰਹਿਣ ਦੀ ਮਨਾ ਵੀਡੀਓ ਬਣਾਉਣ ਦੀ ਨਾਲ ਮੈਂ ਸੁੱਤੀ ਆ, ਬੜਾ ਜੀ ਕਰਦੇ ਸੀ ਖੁਸ਼ ਖਾਣ ਨੂੰ, ਰੱਬ ਬੋਲੋ ਇਹ ਲੋ ਮੇਰੀ ਰੀਝ ਪੂਰੀ ਹੋ ਗਈ, ਰੀਝ ਪੂਰੀ ਖਾਣ ਦੀ ਰੀਝ ਸੌਂਫ ਲੱਗੇ ਫੋਨ ਲਾਚੀ ਦਾ ਪਾਊਡਰ ਲਾਚੀ ਦਾ ਫੇਰ ਵਾਹ ਟੇਸਟੀ ਵੇਖਿਓ ਗੁਲਾਬ ਜਾਮਨ ਕਿੰਨੇ ਹੁੰਦੇ ਹੁਣ ਲਾਚੀਆਂ ਦਾ ਪਾਊਡਰ ਪੈਣ ਲੱਗਾ ਤੇ ਮੈਂ ਜੇਬ ਤੋਂ ਕੱਢੂਗਾ ਤੂੰ ਜਾ ਹਾਂ ਥੋੜੀ ਦੂਰੋਂ ਲੈ ਆ ਜਾ ਦੇ ਆਹੋ ਮੈਂ ਨਾ ਰਹੂਗਾ ਨਾ ਵਜੂਗਾ ਨਾ ਰਹੂਗਾ ਆਵਾਜ਼ ਨਾ ਵਜੂ ਬਾਸਰੀ ਹਾਂ ਬਾਸਰੀ ਨਾ ਸਾਰੀਆਂ ਵੀਡੀਓ ਚ ਵੱਜਦੀ ਰਹਿਣਾ ਤੇ ਭੱਜਦੀ ਰਹਿਣਾ ਨਹੀਂ ਕਰਦੇ ਰਹਿਣਾ ਮੈਂ ਕਿਹਾ ਇੱਕ ਅਸੀਂ ਆ ਬੜਾ ਯੂਜ਼ ਕਰਦੇ ਸੱਪ ਵੀ ਮਰ ਜਾਣਾ ਡੰਡਾ ਵੀ ਵੱਜ ਜਾਣਾ ਨਹੀਂ ਨਹੀਂ ਇਹਨਾਂ ਨੂੰ ਹਲੇ ਨੀ ਪਤਾ ਤੁਸੀਂ ਕੀ ਪਲੈਨਿੰਗ ਕਰਨ ਡੇ ਆ ਭਾਬੀ ਨੂੰ ਨੀ ਪਤਾ ਆਪਣਾ ਜਾ ਕੇ ਚੱਲ ਨੀ ਤੈਨੂੰ ਖਵਾਲ ਪਿਆ ਕੇ ਫਿਰ ਤੇਰਾ ਗਲਾ ਵੱਢੀਏ ਕਿੰਨੀ ਛੇਤੀ ਹੋਵੇ ਬੱਕਰਿਆਂ ਵਿਚਾਰਿਆਂ ਨਾਲ ਕੀਤੀ ਜਾਂਦੀ।
ਐਦਾਂ ਤੇ ਬੱਕਰੇ ਨੂੰ ਫਿਕਰ ਪਿਆ ਹੁੰਦਾ ਪਹਿਲਾਂ ਖਵਾਲਦੇ ਮੁੜ ਕੇ ਇਹਨਾਂ ਨੇ ਝਟਕਾ ਦੇਣਾ ਤਿਆਰ ਕੀਤਾ ਜਾਂਦਾ ਪੂਰੀ ਤਿੱਖੀ ਹੋਵੇ ਜਾਂ ਖੁੰਦੀ ਹੋਵੇ ਤੇ ਜਾਂ ਫਿਰ ਬਿਲਕੁਲ ਨਾ ਹੋਵੇ ਵਿਚਾਰੇ ਹਰ ਵਾਰੀ ਬਲੀ ਦਾ ਬੱਕਰਾ ਬਣਾ ਲੈਂਦੇ ਚਲੋ ਤੇਰਾ ਜੀ ਕਹਿੰਦਾ ਕਿਹੜਾ ਮਿਲਾ ਮੈਂ ਖਾਵਾਂ ਦੋ ਵਾਰੀ ਪੀ ਲਈ ਅਸੀਂ ਤੂੰ ਸੁੱਤੀ ਕਿੰਨੇ ਕਰਨ ਲੈ ਗਿਆ ਅੱਛਾ ਸੁਣੋ ਹੁਣ ਡਾਇਲੋਗ ਇਸ ਹਿਸਾਬ ਦੇ ਨਾਲ ਹੋਣਾ ਚਾਹੀਦਾ ਕਿਉਂਕਿ ਜਦੋਂ ਭਾਜੀ ਨੇ ਆਉਣਾ ਨਾ ਅੰਦਰ ਹਨਾ ਨਿੱਕਿਆ ਕਿ ਮੈਂ ਤੇ ਬੇਟਾ ਖਾਣਾ ਹੀ ਨਹੀਂ 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 ਹੁਣ ਮੈਂ ਇਹ ਚੀਜ਼ ਨੂੰ ਬਹੁਤ ਖਾ ਲੈਣਾ ਵਾ ਇਹ ਨਾਲ ਕਿਹੜਾ ਜਮਦਾ ਮੇਰੀ ਹਾਂ ਚਲ ਤਾਂ ਹੁਣ ਕੋਈ ਨਹੀਂ ਮਿਲ ਰਿਹਾ ਤੁਹਾਨੂੰ ਮੇਰਾ ਨਾ ਅੱਜ ਚੂੜਾ ਪਾ ਲਾ ਹਾਂ ਹਾਂ ਆ ਰਹੀ ਤਾਂ ਇਹ ਮੈਂ ਤੇਰੇ ਵਾਸਤੇ ਚੂੜਾ ਲੈ ਕੇ ਆਇਆ ਚਾਹਣਾ ਲੈਂਦਾ ਚੂੜਾ ਹਾਂ ਮੈਨੂੰ ਰੀਝ ਸੀ ਮੇਰੀ ਇੱਕੋ ਇੱਕ ਧੀ ਆ ਤੇ ਮੈਂ ਉਹਨੂੰ ਆਪਣੇ ਹੱਥੀ ਦਾਲ ਕੀ ਆਂਦੇ ਹੁੰਦੇ ਆ ਕੰਨਿਆਦਾਨ ਤੁਹਾਡੇ ਲੱਗ ਠੀਕ ਆ ਤੁਸੀਂ ਆਉਣਾ ਵਾ ਹਨਾ ਤੇ ਭਾਜੀ ਦੇ ਪਿੱਛੇ ਖਲੋ ਜਾਣਾ ਵਾ ਮੈਨੂੰ ਤੇ ਵਿਚਾਰਿਆਂ ਤੇ ਤਰਸ ਜਿਹਾ ਆਉਣ ਡਿਆ ਨਹੀਂ ਪਹਿਲਾਂ ਚੂੜਾ ਪਾਉਣਗੇ ਫੇਰ ਰਸਗੁੱਲੇ ਖਵਾਉਣਗੇ ਮੂੰਹ ਮਿੱਠਾ ਫੇਰ ਦੋ ਹੁਣ ਮੂੰਹ ਜਿਠਾਉਣਾ ਚਲੋ ਠੀਕ ਆ ਰੈਡੀ ਹੋ ਸਾਰੇ ਜਣੇ ਚਲੋ ਇੱਕ ਮਿੰਟ ਤੁਸੀਂ ਲਿਆ ਕੇ ਜਦੋਂ ਇਦਾਂ ਪਲੇਟ ਅੱਗੇ ਰੱਖਣੀ ਆ ਨਾ ਤੇ ਇਹਨੇ ਇਹ ਵਿੱਕੀ ਨੇ ਤੇ ਇਹਨਾਂ ਨੇ ਦੋਵਾਂ ਜਣਿਆਂ ਨੇ ਖਾਣ ਲੱਗਣਾ ਤੁਸੀਂ ਉੱਥੇ ਹੱਥ ਰੋਕ ਦੇਣਾ ਨਾ ਨਾ ਰੁਕੋ ਇਦਾਂ ਥੋੜੀ ਇਹ ਮੈਂ ਰਸਮ ਧੀ ਪੂਰੀ ਕਰਨ ਲੱਗਾ ਵਾ ਮੈਂ ਪਹਿਲਾਂ ਆਪਣੀ ਧੀ ਨੂੰ ਚੂੜਾ ਪਾਉਣਾ ਫੇਰ ਮੂੰਹ ਜਿਠਾਉਣਾ ਵਾ ਤੇ ਆਪਣੇ ਹੱਥਾਂ ਨਾਲ ਠੀਕ ਆ ਇਦਾਂ ਮੇਰੀ ਧੀ ਚੂੜਾ ਮੇਰੀ ਧੀ ਨੇ ਚੂੜਾ ਪਾਇਆ ਹੋਵੇ ਠੀਕ ਆ ਚਲੋ ਜੁਕੀ ਥੋੜਾ ਜਿਹਾ ਹੁਣ ਮਨ ਵਿੱਚ ਨਾ ਵੀਰ ਜੀ ਤੁਸੀਂ ਗਲਤ ਕਰ ਜਾਂਦੇ ਆ ਰਸਗੁੱਲੇ ਵੱਲ ਵੇਖ ਕੇ ਮੂੰਹ ਚ ਪਾਣੀ ਆਉਣ ਡਿਆ ਸਾਰਿਆਂ ਦੇ ਉੱਤੇ ਵੀਰ ਜੀ ਨੇ ਪਾ ਦਿੱਤਾ ਜਲਾਚੀ ਪਾਊਡਰ ਉੱਤੇ ਹੋਰ ਚਲਦੀ ਰਹੀ 1 2 3 ਰੁਕੋ ਜਰਾ ਇੱਕ ਮਿੰਟ ਆ ਵੇਖੋ ਮੈਂ ਕੀ ਲੈ ਕੇ ਆਇਆ ਆਪਣੀ ਧੀ ਵਾਸਤੇ ਇਹ ਮੈਂ ਚੂੜਾ ਲਿਆਂਦਾ ਬਿਲਕੁਲ ਤੇਰੀ ਪਸੰਦ ਦਾ ਪੁੱਤ ਮੇਰੇ ਦਿਲ ਵਿੱਚ ਵੀ ਰੀਝਾ ਸੀ ਕੁਛ ਕਹਿ ਮੈਂ ਆਪਣੀ ਧੀ ਨੂੰ ਚੂੜਾ ਪਾਲਦੀ ਨੂੰ ਵੇਖਾਂ ਔਰ ਖੁਸ਼ੀ ਸਾਂਝੀ ਕਰਾਂ ਮੇਰੀ ਬੜੀ ਮਨ ਵਿੱਚ ਰੀਝ ਸੀ ਧੂਮ ਧਾਮ ਦੀ ਫੌਜੀ ਸਾਹਿਬ ਰਹੇ ਆ ਤੇ ਹਿੰਦੀ ਤੇ ਬੋਲਣੀ ਨੋਰਮਲ ਸੀ ਉਹਨਾਂ ਦਾ 1 2 3 ਕੱਲ ਜਾਇਆ ਨਾ ਜਾਇਆ ਨਾ ਹੁਣ ਮਾਰੋ ਐਂਟਰੀ
ਭਾਬੀ ਪ੍ਰੀਤ ਡੱਬਾ ਫੜ ਕੇ ਮਗਰ ਖਲੋਤੀ ਹੋਵੇ ਚੂੜੇ ਆਲਾ, ਮਤਲਬ ਇੱਥੋਂ ਨਾ ਲਾਉਣ। ਹਾਂ ਤੁਸੀਂ ਨਾਲ ਹੀ ਪਲੇਟ ਰੱਖ ਕੇ ਬਹਿ ਜਾਓ, ਇਹ ਖਾਣ ਲੱਗਣਗੇ ਫਿਰ ਇਹਨਾਂ ਨੂੰ ਰੋਕਿਓ ਤੇ ਭਾਬੀ ਮਗਰ ਖਲੋਤੀ ਹੋਊ। ਲਿਆ ਪ੍ਰੀਤ ਕੌਰੇ ਆਪਣੀ ਧੀ ਦਾ ਗਿਫਟ, ਠੀਕ ਆ? ਇੱਥੇ ਖਲੋ ਜਾਓ, ਇੱਥੇ ਖਲੋ ਜਾਓ ਲਾਗੇ। ਕੋਈ ਨੀ ਫਿਰ ਉਧਰੋਂ ਸੀਨ ਬਣਾ ਲਾਂਗੇ, ਬਹਿਣ ਤੱਕ ਦਾ ਸੀਨ ਕਰ ਲਓ, ਬੋਲਣ ਦਾ ਨੀ ਜੇ ਨਾਲ ਹੀ ਕਰਨਾ। ਚਲੋ ਠੀਕ ਹੈ, ਚਲੋ ਵਨ ਪਰ ਪਿੱਛੋ ਪਿੱਛੇ ਹੋ ਹੋਰ ਹੋਰ ਇਹ ਆ ਬਾਬਾ ਮੈਂ ਹੋਸ ਲੈ ਲਾ ਵੀ ਖਾਣ ਲਾਂ ਗਿਆ ਜੇ ਵੀ ਨਹੀਂ ਇਹਨਾਂ ਲੋੜ ਨਹੀਂ। 1 2 3 ਬਹਿ ਜਾਓ ਵੀਰ ਜੀ, ਅਗਲੀਆਂ ਚੂੜੀਆਂ ਪਾਈ ਕੱਲੀਆਂ ਕੈਂਚੀ ਚੂਹਾ ਦਿੰਦੀ। ਹੁਣ ਵੇਖਿਓ ਅਗਲੀਆਂ ਪਿਛਲੀਆਂ ਮਿਕਸ ਨਾ ਕਰ ਦਿਓ, ਅਗਲੀਆਂ ਪਿਛਲੀਆਂ ਮਿਕਸ ਨਾ ਕਰ ਦਿਓ, ਚੂੜੀਆਂ ਧਾਗਾ ਵਿੱਚ ਰਹਿਣ ਦਿਓ। ਨਹੀਂ ਕਰਦਾ, ਉਹ ਨਹੀਂ ਕਰਦਾ ਮੈਨੂੰ। ਹਾਂ ਤੂੰ ਹੱਥ ਚਾਗਣੀਆਂ ਸਾਰੀਆਂ। ਹੈ ਚਲ ਹੁਣ ਟੁੱਟ ਜਾਣਾ ਸੇਤੀ, ਚਲ ਸਿੱਧਾ ਹੱਥ ਪਾ ਦੇ ਵਿੱਚ ਖੱਟਾ ਇਹ ਤੋਂ ਬਾਅਦ ਨੂੰ ਯਾਰ ਮੈਂ ਤਾਂ ਆਪ ਨਹੀਂ ਹੋਣਾ। ਦੂਜਾ ਵੀ ਤੋੜੋ ਨਾ, ਚੱਲ ਇੱਕ ਨੂੰ ਵੀਰ ਪਾਉਣ ਡਿਆ ਹੋਊਗਾ, ਦੂਜੇ ਹੱਥ ਨੂੰ ਭਾਬੀ ਪਾਉਣ ਡਈ ਹੋਊਗੀ। ਇਹ ਧਿਆਨ ਰੱਖਣਾ ਕਿ ਜਿਹੜੀਆਂ ਛੋਟੀਆਂ ਚੂੜੀਆਂ ਉਹ ਪਾਉਣੀਆਂ, ਵੱਧੀਆਂ ਅੱਧੀਆਂ ਸਾਰਾ ਨਾ ਪਾਇਓ, ਦੂਜੇ ਵੀ ਖੋਲਣਾ ਪੈਂਦਾ। ਤਾਂ ਹੀ ਤਾਂ ਮੈਂ ਕਹਿਣ ਦੀ ਖੋਲ ਲਓ ਅਗਲੀਆਂ ਚੂੜੀਆਂ ਦਾ, ਖੋਲ ਦੋ ਮਗਰ ਲੀਆਂ ਦੇ ਅਗਲੀ ਪਲੇਟ ਖਾਣ ਵਾਲੀ ਨਾ ਕਰਨਾ ਜੀ। ਕਿਉਂ ਵੇਦੇ ਵੇਦੇ ਨੂੰ ਆਣਾ ਵੀ ਤੋਂ ਵੀ ਦੇ। ਚਲੋ ਕੀ ਰੈਡੀ 1 2 3 ਲੈ ਪਾ ਫੜ ਪਾ ਕੁੜੀ, ਆਪ ਪਾਉਣੀ ਆਪਣੀ ਧੀ ਦੇ ਹੱਥਾਂ 'ਚ। ਰੈਡੀ ਚਲੋ 1 2 3 ਨਾਲ ਵੇਖੋ ਇਹ ਮਿਸ਼ਨ ਸੀਨ ਬਣਾਓ ਨਾਲ ਵੀਰਪਿੰਦਰ ਦੇ, ਵੇਖਣ ਡਿਆ ਹੋਵੇ ਆਪਣੀ ਕੁੜੀ ਵੱਲ, ਸ਼ੈਤਾਨੀ ਨਾਲ ਨੀ ਮਤਲਬ ਦਿਲ ਵੀ ਰੋਣ ਡਿਆ ਹੋਵੇ ਕਿ ਮੈਂ ਮਾਰ ਵੀ ਦੇਣੀ ਆ। ਪਤਾ ਨੀ ਆਹੋ ਚਲੋ
ਇੰਤਜ਼ਾਰ ਹੋਣ ਡਿਆ ਜਿਆਦਾ ਖਵਾ ਤੇ ਤੈਨੂੰ ਪਈ ਆ ਭੁੱਖ ਪਈ ਆ ਚਾਹ ਲਿਆ ਹੋਰ ਘੋਲ ਲਿਆਉਂਦੇ ਆ ਡੈਡੀ 1 2 3 ਤੁਸੀਂ ਪੁੱਤ ਮੈਂ ਮਿੱਠਾ ਘੱਟ ਕੀਤਾ ਮੈਂ ਨੀ ਖਾਣਾ ਤੁਸੀਂ ਖਾਓ 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 ਹੋਰ ਖਾਓ ਉਹ ਜਾਇਆ ਦੇ ਪ੍ਰਾਹੁਣਿਆਂ ਨੂੰ ਖਾਣ ਦੇ ਜਦ ਤਹਿ ਬਣਾ ਜਾਵੇ ਲਓ ਹੁਣ ਦੱਸ ਤੈਨੂੰ ਜ਼ਿਆਦਾ ਭੁੱਖ ਪਈ ਆ ਤੇ ਫਿਰ ਤੁਸੀਂ ਖਾਓ ਦੋਵੇਂ ਜਾਣੇ ਬੇਟਾ ਖਾ ਲਓ ਵਿੱਕੀ ਵਿੱਕੀ ਖਾ ਯਾਰ ਖਾਓ 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 ਮੇਰਾ ਪੁੱਤ ਤੁਹਾਡੀ ਉਮਰ ਤੇ ਅਸੀਂ 5-5, 10-10 ਖਾ ਲੈਂਦੇ ਹੁੰਦੇ ਇਕੱਠੇ ਸਵਾਰ ਗਿੰਨੇ ਆ ਨਾ ਬਕਰਾ ਪ੍ਰੀਤੀ ਤੂੰ ਹੁਣ ਕੀ ਕਰਨਾ ਨਾਲੇ ਤੁਸੀਂ ਕਹਿੰਦੇ ਆ ਨਹੀਂ ਲੁਕਾਉਣਾ ਲਾਲ ਰੰਗ ਨਹੀਂ ਕਢਾਲਾ ਜੀਆਂ ਤੇ ਵਗੀਆਂ ਹੁਣ ਕੋਈ ਨੀ ਚੱਲੂਗਾ ਚੱਲ ਜਾਣਾ ਇਹਦੇ ਵਿੱਚ ਤੇਲ ਮਿਕਸ ਕਰ ਲੋ ਤੇਲ ਮਿਕਸ ਕਰ ਲੋ ਕੋਈ ਇਹਦੇ ਵਿੱਚ ਰੰਗ ਫਿੱਕਾ ਹੋ ਜੂਗਾ ਨਾਲੇ ਆਹੋ ਡੋ ਪਤਾ ਕੀ ਕਰੋ ਏਦਾਂ ਨੀ ਡੋਲਣਾ ਉਹ ਮੈਂ ਤੁਹਾਨੂੰ ਦੱਸਦੀ ਆ ਕਵਲ ਖਲੋ ਚਲੋ ਜੇ ਨਹੀਂ ਨਾ ਡੁੱਲਾ ਆ ਵੇਖਿਆ ਹੋਏ ਭਾਬੀ ਤੂੰ ਕੀ ਨੇਰ ਪਿੰਡ ਤੇ ਡਈ ਆ ਭਾਬੀ ਨੇ ਪ੍ਰਾਣੀ ਦਿੱਤੀ ਕੱਢ ਕੇ ਪ੍ਰਾਣੀ ਲਾਲ 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 ਨਹੀਂ ਉਹ ਲਿਆ ਭੈਣੇ ਲੈ ਇਹ ਜੇ ਪਹਿਲੀ ਤੇਲ ਪਾ ਲੈ ਦੋ ਉਹ ਜੋ ਇਹਦਾ ਸਿੱਧੀ ਕਰਿਓ ਉਸ ਸਿੱਧੀ ਦੇ ਲੱਗ ਗਏ ਸੰਗਣੀਆਂ ਵਾਲੇ ਲਿਪਸਟਿਕਾਂ ਨਹੀਂ ਜੇ ਲਪਿੰਡਾ ਕੱਡੀ ਤੌਰ ਦੇ ਦਿੰਦੇ ਜਿੱਦਾਂ ਲੈਣਾ ਐਦਾਂ ਹੈ ਨਾ ਇਹਦੀ ਚੱਲ ਲਿਆ ਇਹਦੀ ਸਿਰਫ ਫੋਟੋ ਖਿੱਚਣੀ ਭਾਜੀ ਨੀ ਮਾਰੀ ਕੇ ਪਾਸੇ ਚੜ ਕੇ ਲਿਆ ਜਾ ਮੈਂ ਤੇ ਵਾਰ ਦੇ ਦੇ ਦੇ
ਕਬਲ ਹੈ ਨੀ ਇੰਨਾ ਪਤਾ ਲੱਗਣ ਡਿਆ ਉਹ ਜ਼ਿਆਦਾ ਹੀ ਖੂਨ ਖਾਨ ਡੁੱਲਾ ਹੋਵੇ ਨਾ ਫੇਰ ਹੁੰਦਾ ਵਾ ਹੁਣ ਸੱਚੀ ਤੇ ਅਸੀਂ ਵੱਢ ਨੀ ਦੇਣੇ ਫਿਰ ਰੀਲੀਓ ਵੀਡੀਓ ਬਣਾਉਣੀ ਆ ਤੇ ਸੱਚੀ ਵੱਢ ਦਈਏ ਹਣਾ ਪ੍ਰੀਤੀ ਚਲੋ ਵੀ ਹਿਲਾਓ ਲੱਤਾਂ ਗਿਆ ਫੇਰ ਤੁਸੀਂ ਇਹ ਗੱਲਾਂ ਕਰਨੀਆਂ ਜੇ ਰੋਣਾ ਵਾ ਹੋਰ ਮੈਂ ਕਿਹਦੇ ਕੋਲ ਨਹੀਂ ਕੁਛ ਨੀ ਕਰ ਚਲੋ ਭਾਜੀ ਇੱਧਰੋਂ ਥੋੜੇ ਪਿੱਛੇ ਹੋ ਜਾਓ ਹੌਲੀ ਹੌਲੀ ਜਾਇਓ ਇੱਥੋਂ ਠੀਕ ਆ ਚਲੋ 1 2 3 ਵੀਰ ਜੀ ਬੈੱਡ ਤੇ ਮਾਰ ਦੇਣੀ ਸੀ ਕਵਾੜੀ ਨਹੀਂ ਨਹੀਂ ਕੋਈ ਨਹੀਂ ਨਹੀਂ ਦੇਖੋ ਫਿਰ ਦੇਖੋ ਬਾਅਦ ਜਿੱਦਾਂ ਮੈਂ ਸੁੱਟੂਗਾ ਸਲੋਮ ਮੋਡ ਕੌਣ ਮਰਾਂਦੇ ਦੇ ਖੜੇ ਬੋਤਾ ਚਲੋ 1 2 1 2 3 ਚਲੋ ਜਦੋਂ ਧੀਆਂ ਏਦਾਂ ਦੇ ਕੰਮ ਕਰਦੀਆਂ ਨੇ ਫਿਰ ਨਹੀਂ ਦੁਨੀਆ ਜੀਣ ਦਿੰਦੀ ਰੈਡੀ ਚਲੋ 1 2 3 ਓਏ ਪ੍ਰੀਤ ਪੁੱਤਰ 2 3 1 2 3 ਕੋਲ ਜਦੋਂ ਮੈਂ ਲੈਰ ਜਗਾ ਦੂੰਗਾ ਨਾ ਬੋਲਿੰਗ ਨਹੀਂ ਸੁਣਨਾ ਹੋਰ ਜਾਣ ਕੇ ਬੋਲਦੀ ਹੈ ਠੀਕ ਹੈ ਨਹੀਂ ਠੀਕ ਹੈ ਨਹੀਂ ਲੱਗੀ ਠੀਕ ਹੈ